ਸਾਬਕਾ ਫੌਜ ਮੁਖੀ ਜਨਰਲ ਜੇ ਜੇ ਸਿੰਘ ਦਾ ਪੁੱਤਰ ਵਿਵੇਕਪਾਲ ਸਿੰਘ ਫਰਾਂਸ ਦੇ ਇੱਕ ਸ਼ਹਿਰ ਦਾ ਪਹਿਲਾ ਚੁਣਿਆ ਹੋਇਆ ਸਿੱਖ ਮਿਊਂਸਪਲ ਕਮਿਸ਼ਨਰ ਬਣ ਗਿਆ। ਫਰਾਂਸ ਦੇ ਸਫੀਰ ਫ੍ਰੈਂਕੋਇਸ ਰਿਵੀਅਰ ਦੇ ਮੁਤਾਬਕ ਮਾਰਚ ਵਿੱਚ ਸਾਬਕਾ ਫੌਜ ਮੁਖੀ ਜਨਰਲ ਜੇ ਜੇ ਸਿੰਘ ਦਾ ਪੁੱਤਰ ਫਰਾਂਸ ਵਿੱਚ ਪਹਿਲਾ ਸਿੱਖ ਬਣ ਗਿਆ ਜੋ ਕਿ ਨੋਰਮੰਡੀ ਦੇ ਵਿੱਚ ਮਿਊਂਸਪਲ ਕਮਿਸ਼ਨਰ ਚੁਣਿਆ ਗਿਆ। ਫਰਾਂਸੀਸੀ ਸਫੀਰ ਨੇ ਸਾਬਕਾ ਫੌਜ ਮੁਖੀ ਦੇ ਪੁੱਤਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। 42 ਸਾਲਾ ਵਿਵੇਕਪਾਲ ਕਈ ਸਾਲਾਂ ਤੋਂ ਫਰਾਂਸ ਦੇ ਵਿੱਚ ਰਹਿ ਰਹੇ ਨੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।